व्यापार मंडल के प्रतिनिधियों ने आज प्रधान राजेश पुरी की अध्यक्षता में एसएसपी पठानकोट दिलजिंदर सिंह ढिल्लो से मुलाकात कर पुलिस की कार्यप्रणाली को लेकर खुशी जाहिर की। जानकारी देते हुए कारोबारियों ने बताया कि बच्चे को अगवा करने के मामले में पठानकोट और पंजाब पुलिस के काम की जितनी सराहना की जाए वे बेहद ही कम है। अज बड़ा खुशी का दिन है। अज साडा व्यापार मंडल पठानकोट साढ़े नाल एलर सोडी जी, सुनील महाजन जी, भारत महाजन जी, चाचा वेद प्रकाश जी, अमित नैयर जी, रामपाल भंडारी जी, राजेश पाटिया जी, चाचा वेद प्रकाश जी, अजय शर्मा जी और सारे अज इत्थे आपां इकट्ठे हो के एस एस पी साहब नूं धन्यवाद देन आए हैं और जिहड़े बधाई दे पात्र है। जिहड़े पिछले दिनों दे विच जिहड़ा कल दे दिनों दे विच जिहड़ा बच्चा जिहड़ा किडनैप होया सी, ਅਸੀਂ ਉਹ ਐਸ ਐਸ ਪੀ ਸਾਹਿਬ ਨੂੰ ਬਹੁਤ ਵਧਾਈ ਦਿੰਦੇ ਹਾਂ ਕਿ ਉਹ ਜਿਹੜਾ ਸ਼ਲਾਘਾ ਜਿਹੜਾ ਉਹਨਾਂ ਨੇ ਕੀਤਾ ਹੈ ਪੂਰੀ ਪਠਾਨਕੋਟ ਦੀ, ਪੰਜਾਬ ਪੁਲਿਸ, ਡੀ ਐਸ ਪੀ ਸਾਹਿਬ, ਐਸ ਐਸ ਓ ਸਾਹਿਬ ਔਰ ਸਾਰਾ ਜਿਹੜਾ ਵੀ ਹਿਮਾਚਲ ਦੀ ਪੁਲਿਸ ਜਿਹੜੇ ਨਾਲ ਮਿਲ ਕੇ ਜਿਹੜਾ ਬੱਚੇ ਨੂੰ ਬਰਾਮਦ 7 ਘੰਟੇ ਦੇ ਵਿੱਚ ਕੀਤਾ, ਇਹ ਬੜੀ ਅੱਛੀ ਗੱਲ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ। ਅਸੀਂ ਪਠਾਨਕੋਟ ਵਾਸੀਆਂ ਨੂੰ ਇੱਕ ਇਹ ਵੀ ਦੇਣਾ ਚਾਹੁੰਦੇ ਹਾਂ, ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਜਦੋਂ ਵੀ ਬੱਚਾ ਜਦੋਂ ਆਉਂਦਾ ਵੈ ਘਰ ਸਕੂਲ ਤੋਂ ਔਰ ਜਿਹੜਾ ਬੱਚੇ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਖੁਦ ਲੈਣ ਜਾਓ ਔਰ ਅਗਰ ਕੋਈ ਇਹੋ ਜਿਹੀ ਘਟਨਾ ਵਰਪਦੀ ਹੈ ਤਾਂ ਉਹ ਬੱਚੇ ਨੂੰ ਸਿੱਧਾ ਇਹ ਨਾ ਜਾ ਕੇ ਕਿਸੇ ਦੀ ਗੱਲਾਂ 'ਚ ਆਉਣ, ਸਿੱਧਾ ਹੀ ਪੁਲਿਸ ਸਟੇਸ਼ਨ ਜਾ ਕੇ ਆਪਣੀ ਰਿਪੋਰਟ ਲਿਖਾਉਣ, ਜਿਹਦੇ ਕਾਰਨ ਜਿਹੜਾ ਤੁਸੀਂ ਦੇਖ ਲਿਆ ਕਿ ਇਹ ਰਿਪੋਰਟ ਲਿਖਾਉਣ ਦਾ ਜਿਹੜਾ ਸ਼ਲਾਘਾ ਹੀ ਹੈ ਕਿ ਜਿਹੜਾ ਬੱਚੇ ਨੂੰ ਬਰਾਮਦ ਕੀਤਾ ਗਿਆ ਵੈ। ਮੈਂ ਇੱਕ ਵਾਰੀ ਫਿਰ ਇੱਥੇ ਆਇਆ, ਮੇਰੇ ਸਾਰੇ ਵਪਾਰ ਮੰਡਲ ਦੇ ਪਦਾਧਿਕਾਰੀ ਆਏ ਆ ਜਿਹੜੇ ਇੱਥੇ ਔਰ ਅਸੀਂ ਸਾਰਿਆਂ ਨੇ ਮਿਲ ਕੇ ਜਿਹੜਾ ਐਸ ਐਚ ਓ ਆਪਣਾ ਸਾਹਿਬ ਨੂੰ, ਐਸ ਐਸ ਪੀ ਸਾਹਿਬ ਨੂੰ ਧੰਨਵਾਦ ਕੀਤਾ ਵੈ ਕਿ ਜਿਹੜੇ ਉਹਨਾਂ ਨੇ ਬੜੇ ਛੋਟ ਪੀੜੇ ਦੇ ਵਿੱਚ ਹੀ ਇਹਨਾਂ ਨੇ ਬੱਚੇ ਨੂੰ ਬਰਾਮਦ ਕੀਤਾ ਵੈ ਔਰ ਇਸੇ ਤਰ੍ਹਾਂ ਹੀ ਅੱਗੇ ਵੀ ਜਿਹੜੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੈ ਕਿ ਪਠਾਨਕੋਟ 'ਚ ਵੀ ਕਦੀ ਵੀ ਕੋਈ ਉਹੋ ਜਿਹੀ ਘਟਨਾ ਵਾਪਰਦੀ ਹੈ ਤੁਸੀਂ ਸਾਨੂੰ ਡਾਇਰੈਕਟ ਅਪਰੋਚ ਕਰੋ, ਅਸੀਂ ਉਹਦਾ ਜਲਦੀ ਤੋਂ ਜਲਦੀ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਜੈ ਹਿੰਦ, ਜੈ ਭਾਰਤ। ਅੱਜ ਵਪਾਰ ਮੰਡਲ ਦੇ ਸਾਰੇ ਪਦਾਧਿਕਾਰੀ, ਸਾਰੇ ਮੈਂਬਰ ਸਾਹਿਬਾਨ ਰਾਜੇਸ਼ ਪੁਰੀ ਦੀ ਦਕਸ਼ਾ ਦੇ ਵਿੱਚ ਐਸ ਐਸ ਪੀ ਸਾਹਿਬ ਨੂੰ ਸਨਮਾਨਿਤ ਕਰਨ ਲਈ ਆਏ ਨੇ, ਕਿਉਂਕਿ ਕੱਲ੍ਹ ਜਿਹੜਾ ਕਾਂਡ ਹੋਇਆ ਇੱਕ ਬੱਚੇ ਨੂੰ ਕਿਡਨੈਪ ਕਰਕੇ ਲੈ ਗਏ ਸੀਗੇ ਕੁਛ ਲੋਕ ਔਰ ਉਹ ਐਸਾ ਭਿਆਨਕ ਦ੍ਰਿਸ਼ ਸੀਗਾ ਪਠਾਨਕੋਟ ਦੇ ਵਿੱਚ ਕਿ ਅੱਧੇ ਲੋਕ ਇਹ ਸੋਚਦੇ ਸੀਗੇ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਏਗਾ। ਲੇਕਿਨ ਜੋ ਪੁਲਿਸ ਦੀ ਕਾਰਵਾਈ ਹੋਈ ਇੱਕ ਬੜੀ ਸ਼ਲਾਘਾਯੋਗ ਸੀ ਕਿ ਜਿਹੜਾ 6 ਔਰ 7-8 ਘੰਟੇ ਦੇ ਵਿੱਚ ਬੱਚਾ ਜਿਹੜਾ ਉਹ ਵਾਪਸ ਪੁਲਿਸ ਨੇ ਉਹਦੇ ਮਾਂ ਪਿਓ ਨੂੰ ਦੇ ਦਿੱਤਾ ਔਰ ਇਹ ਖੁਸ਼ੀ ਦੀ ਲਹਿਰ ਸਾਡੇ ਪਠਾਨਕੋਟ ਦੇ ਵਪਾਰੀਆਂ 'ਚ, ਪਠਾਨਕੋਟ ਦੀ ਜਨਤਾ 'ਚ ਔਰ ਪੂਰੇ ਪੰਜਾਬ ਦੇ ਵਿੱਚ ਗਈ ਕਿ ਇੱਕ ਐਸੇ ਕਮਾਂਡਰ ਔਰ ਐਸੇ ਐਸ ਐਚ ਓ, ਐਸੇ ਡੀ ਐਸ ਪੀ ਜਿਨ੍ਹਾਂ ਦੀ ਕਾਰਵਾਈ ਕਰਕੇ ਇਹ ਬੱਚੇ ਦੀ ਜਾਨ ਬਚਾਈ ਗਈ ਔਰ ਬੱਚਾ ਜਿਹੜਾ ਘਰ ਲਿਆਂਦਾ ਗਿਆ। ਅੱਜ ਇਸ ਵਿਸ਼ੇ ਦੇ ਵਿੱਚ ਅਸੀਂ ਪੂਰੇ ਵਪਾਰ ਮੰਡਲ ਦੇ ਪਦਾਧਿਕਾਰੀ, ਅਸੀਂ ਐਸ ਐਸ ਪੀ ਸਾਹਿਬ ਨੂੰ ਸਨਮਾਨਿਤ ਕਰਨ ਲਈ ਇੱਥੇ ਪਹੁੰਚੇ ਹਾਂ ਅਤੇ ਸਾਰੇ ਹੀ ਵਪਾਰੀਆਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਔਰ ਅਸੀਂ ਆਸ਼ਵਾਸਨ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਘਟਨਾ ਨਾ ਹੋਵੇ, ਕਿਤੇ ਕੋਈ ਹੁੰਦੀ ਹੈ ਅਤੇ ਲੋਕਾਂ ਨੂੰ ਜਿਹੜਾ ਫੇਥ ਜਿਹੜਾ ਉਹ ਪੰਜਾਬ ਪੁਲਿਸ ਦੇ ਉੱਤੇ ਪੂਰਾ ਹੋਣਾ ਚਾਹੀਦਾ, ਜਿਹਦੀ ਸ਼ਲਾਘਾ ਅੱਜ ਸਾਰਾ ਪਠਾਨਕੋਟ ਕਰ ਰਿਹਾ। ਜੈ ਹਿੰਦ, ਜੈ ਭਾਰਤ।